ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂ ਸੇਰ ਸਤਗੁਰ ਪ੍ਰਤਾਪ ਸਿੰਘ ਜੀ ਤਾਂ ਸੇਰ ਸਤਗੁਰੂ ਜਗਜੀਤ ਸਿੰਘ ਜੀ ਤਾਂ ਸੇਰ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸਿਰਲੇਖ ਹੈ ਬੀਬੀ ਪੇਸ਼ੋ ਜੀ ਦਾ ਪ੍ਰਸ਼ਾਦਾ ਛਕਿਆ ਬੀਬੀ ਪੇਸ਼ੋ ਲਖਨਊ ਵਾਲੀ ਤੇ ਸ਼ੀ ਸਰਗੁਪਤਾਪ ਸਿੰਘ ਜੀ ਦੀ ਉਹਨਾਂ ਤੇ ਬਹੁਤ ਕਿਰਪਾ ਸੀ ਸਤਗੁਰ ਜੀ ਬੀਬੀ ਬੀਬੀ ਪੇਸ਼ੋ ਆ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ ਬੀਬੀ ਪੇਸ਼ੋ ਇੱਕ ਦਿਨ ਬਾਜ਼ਾਰ ਚੋਂ ਕਣਕ ਲਿਆਈ ਸੋਧ ਦੀ ਕਰਕੇ ਆਟਾ ਪੀ ਕੇ ਸਤਗੁਰਾਂ ਨੂੰ ਯਾਦ ਕਰਨ ਲੱਗੀ ਗਰੀਬ ਨਿਵਾਜ ਕਿਰਪਾ ਕਰੋ ਆ ਕੇ ਪ੍ਰਸ਼ਾਦਾ ਛਕੋ ਸਤਗੁਰ ਜੀ ਨੂੰ ਯਾਦ ਕਰ ਕਰਕੇ ਬੀਬੀ ਜੀ ਨੇ ਆਖਣਾ ਸਤਗੁਰੂ ਆਨਤਾਈ ਸਾਟੇ ਦਾ ਪ੍ਰਸ਼ਾਦਾ ਤਿਆਰ ਕਰਕੇ ਚਗਾਵਾ ਕੋਈ ਪਤਾ ਨਾ ਲੱਗਾ ਕਿ ਸਾਧਗੁਰਾਂ ਦਾ ਲਖਨਊ ਆਂਦਾ ਪ੍ਰੋਗਰਾਮ ਕਦੋਂ ਤੇ ਕਿਸ ਵੇਲੇ ਬਣ ਗਿਆ ਜਾਂ ਬੀਬੀ ਜੀ ਦੇ ਅਰਦਾਸ ਨੇ ਸਾਧਗੁਰ ਜੀ ਨੂੰ ਲਖਨਊ ਆਣ ਵਾਸਤੇ ਮਨਜੂਰ ਮਜਬੂਰ ਕਰ ਦਿੱਤਾ ਸਾਧਗੁਰਾਂ ਦੇ ਲਖਨਊ ਆਣ ਦੀ ਖਬਰ ਸੁਣ ਕੇ ਸਾ ਸੰਗਤ ਨੂੰ ਤੇ ਚਾੜ ਗਿਆ ਸਾਧਗੁਰ ਜੀ ਨੇ ਦਿੱਲੀ ਤੋਂ ਆਪਣੀ ਸਟੇਸ਼ਨ ਵੈਗਨ ਤੇ ਆਦਰਸ਼ਨ ਦਿੱਤੇ ਗੁਰਬਾਣੀ ਵਿੱਚ ਸ਼ਲੋਕ ਹੈ ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤਿਗੁਰੂ ਨੇ ਅਨੇਕ ਪ੍ਰਕਾਰ ਦੀ ਰਚਨਾ ਕੀਤੀ ਹੈ ਉਸ ਦਾ ਅੰਤ ਪਾਰਾ ਵਾਰ ਪਾਣਾ ਬਹੁਤ ਔਖਾ ਹੈ ਉਧਰ ਬੀਬੀ ਪੇਸ਼ੋ ਆਪਣੇ ਪੀਸੇ ਹੋਏ ਆਟੇ ਦੇ ਪ੍ਰਸ਼ਾਦੇ ਗੁਰਦੁਆਰੇ ਵਿੱਚ ਬਣਾ ਰਹੀ ਸੀ ਸ਼ੀ ਸਾਗੋ ਪ੍ਰਤਾਪ ਸਿੰਘ ਜੀ ਸਿੱਧੇ ਰਵਾ ਰਵੀ ਗੁਰਦੁਆਰੇ ਪਹੁੰਚ ਗਏ ਲੰਗਰ ਵਿੱਚ ਉਟ ਕੇ ਬੀਬੀ ਨੇ 사ਤਗੁਰ ਜੀ ਨੂੰ ਨਮਸਕਾਰ ਕੀਤੀ ਬੀਬੀ ਦਾ ਸਦੜਾ ਬਲਦਾ ਦਿਲ 사ਤਗੁਰਾਂ ਦੇ ਦਰਸ਼ਨ ਕਰਕੇ ਠੰਡਾ ਠਾਰ ਹੋ ਗਿਆ ਕਵੀ surjit singh patar ji ਲਿਖਦੇ ਹਨ ਅ ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਦਲੇ ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ ਸਾਰੇ ਹੀ ਦਿਸ਼ਾ ਰਾਤ ਹੀ ਰਾਤ ਹੋਈ ਤੇਰਾ ਮੁਖੜਾ ਦਿਸਿਆ ਤਾ ਪਰਵਾਤ ਹੋਈ ਬੀਬੀ ਪੇਸ਼ੋ ਜੀ ਤੇ ਸ੍ਰੀ ਸਾਗੂ ਪਤਾਪ ਸਿੰਘ ਜੀ ਦੀ ਮੁਲਾਕਾਤ ਇਸ ਤਰ੍ਹਾਂ ਹੋਈ ਕਿ ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋ ਜਾਵੇ ਐਵੇਂ ਬੀਬੀ ਦਾ ਸੜਦਾ ਅਬਲਦਾ ਦਿਲ ਸ਼ਾਂਤ ਹੋ ਗਿਆ ਸਤਗੁਰੂ ਆਬਚਨ ਕੀਤਾ ਬੀਬੀ ਪੇਸ਼ੋ ਲਿਆ ਪਰ ਸਾਦੇ ਚਕੀਏ ਜਿਹੜੇ ਤੂੰ ਸਾਡੇ ਲਈ ਤਿਆਰ ਕੀਤੇ ਹਨ ਸਤਗੁਰ ਜੀ ਨੇ ਸ਼্নান ਕਰਕੇ ਪ੍ਰਸ਼ਾਦਾ ਛਕਿਆ ਤੇ ਹੋਰ ਸਾਥ ਸੰਗਤ ਨੇ ਵੀ ਛਕਿਆ ਸਤਗੁਰ ਜੀ ਬੀਬੀ ਪੇਸ਼ੋ ਦੀ ਝੋਲੀ ਵਿੱਚ ਖੁਸ਼ੀਆਂ ਪਾ ਕੇ ਵਾਪਸ ਵਰਤਾਏ ਏ ਕੋਰ ਸਾਕੀ ਹੈ ਇਹਨ ਅਸੇ ਲੇਖੇ ਇੱਕ ਸਾਨ ਦੀ ਵਾਰਤਾ ਲੁਧਿਆਣੇ ਇੱਕ ਸਾਨ ਸੀ ਉਹ ਜਣੇ ਖਣੇ ਨੂੰ ਮਾਰਦਾ ਹੁੰਦਾ ਸੀ ਰਾਈਆਂ ਦੇ ਰੋਹ ਬੰਦ ਕਰ ਦਿੱਤੇ ਇੱਕ ਸ਼ਾਹੂਕਾਰ ਦੀ ਬੱਗੀ ਤੇ ਬੱਗੀ ਦੇ ਪਹੀਆਂ ਵਿੱਚ ਸਿੰਘ ਉਡਾ ਕੇ ਪਹੀਏ ਤੋੜ ਦਿੱਤੇ। ਸੌਕਰ ਨੇ 2-4 ਪਹਿਲਵਾਨਾਂ ਨੂੰ ਬੈਸੇ ਦੇ ਕੇ ਕਿਹਾ ਇਸ ਨੂੰ ਭੈਣੀ ਸਾਹਿਬ ਛੱਡਾਓ। ਉਹ ਪਹਿਲਵਾਨ ਆਏ ਤੇ ਛੋਟੇ ਨੂੰ ਸ਼ਰੀ ਭੈਣੀ ਸਾਹਿਬ ਛੱਡ ਗਏ। ਪਿੰਡ ਵਿੱਚ ਰੌਲਾ ਪੈ ਗਿਆ। ਸੇਵਾਦਾਰਾ ਗੁਰੂ ਹਰਿ ਸਿੰਘ ਜੀ ਪਾਸ ਹਰਜ ਕੀਤੀ। ਸਤਗੁਰ ਜੀ ਨੇ ਤਰੁਤਾ ਕੀਤੇ ਤੇ ਬਚਨ ਕੀਤਾ ਪ੍ਰਤਾਪ ਸਿੰਘ ਨੂੰ ਲੈ ਜਾਓ। ਸਤਗੁਰ ਜੀ ਨੂੰ ਬੁਲਾਇਆ ਗਿਆ। ਸਤ ਗੁਰ ਜੀ ਆ ਨਮਸਕਾਰ ਕੀਤੀ ਬਚਨ ਹੋਇਆ ਕਾਕਾ ਜਾਓ ਸਾਨ ਨੂੰ ਜਾ ਕੇ ਕਾਬੂ ਕਰੋ ਗੁਰਬਾਣੀ ਵਿੱਚ ਲਿਖਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੋਮੈ ਕਹੇ ਨਾ ਕੋਈ ਗੁਰੂ ਅਰਜਨ ਸਿੰਘ ਦੀ ਹੁਕਮ ਨੂੰ ਮਾਨ ਕੇ ਸਾਹਿਬ ਜਰੀ ਪ੍ਰਤਾਪ ਸਿੰਘ ਜੀ ਨੇ ਸਾਨ ਵਾਲ ਜਾਣ ਵਾਸਤੇ ਚਾਲੇ ਪਾਏ ਮੁੰਡਿਆਂ ਦੀ ਮੰਡੀਰ ਤੇ ਹੋਰ ਮੁਲਕ ਪਿੱਛੇ ਲੱਗ ਤੁਰਿਆ ਤੁਰਿਆ ਪੁਲਸੀ ਵੀ ਹੈਰਾਨ ਪਰਿਚਾਰ ਸੰਨ ਪਰ ਸਤਗੁਰ ਜੀ ਠਰਮੇ ਨਾਲ ਸਾਨ ਵੱਲ ਵਧਦੇ ਗਏ ਸਾਨ ਨੇ ਗਰਦਨ ਨੀਵੀਂ ਕਰ ਦਿੱਤੀ ਲੋਕਾਂ ਸਮਝਿਆ ਸਾਨ ਮਾਰ ਲੱਗਾ ਹੈ ਪਰ ਉਸ ਨੇ ਸਿਰ ਨਹੀਂ ਝੁਕਿਆ ਸਤਗੁਰ ਜੀ ਨੇ ਬਿਨਾ ਡਰੇ ਉਸ ਦੇ ਮੂੰਹ ਉੱਤੇ ਆਪਣੇ ਕਰ ਕਮਲਾ ਨਾਲ ਖੁਰਕਣਾ ਸ਼ੁਰੂ ਕਰ ਦਿੱਤਾ ਫਿਰ ਸਾਰੀ ਖੰਡ ਤੇ ਫਿਰ ਸਾਰੀ ਕੰਡ ਤੇ ਪਿਆਰ ਦਿੱਤਾ ਸਾਨ ਕਿਲਿਆ ਗਿਆ ਫਿਰ ਕਦੇ ਉਸਨੇ ਖੋਰੂ ਨਹੀਂ ਪਾਇਆ ਡੇਰੀ ਦੀ ਸੇਵਾ ਵਿੱਚ ਉਮਰ ਗੁਜ਼ਾਰੀ ਸਰਗੁਰਜੀ ਨੂੰ ਘੋੜੀ ਦੀ ਸਵਾਰੀ ਦਾ ਸ਼ੌਕ ਸੀ ਰਾਇਆਂ ਦੇ ਹਜਾਰਾ ਸਿੰਘ ਨੇ ਦੌੜ ਦੀ ਘੋੜੀ ਉੱਤੇ ਘੋੜੀ ਉੱਤੋਂ ਉਤਰਨਾ ਤੇ ਚੜ੍ਹਨਾ ਇਹ ਢੰਗ ਦੱਸਿਆ ਇੱਕ ਸਮੇਂ ਇੱਕ ਉਠ ਇੱਕ ਊਠ ਬੇਮੁਹਾਰਾ ਹੋ ਨਸ ਗਿਆ ਸੇਵਾਦਾਰਾ ਨੇ ਕਾ ਦੇ ਕਾਬੂ ਨਾ ਆਵੇ ਸੇਵਾਦਾਰਾ ਦੇ ਕਾਬੂ ਨਾ ਆਵੇ ਸਤਗੁਰੂ ਜੀ ਉਸ ਦੇ ਮਗਰ ਘੋੜੀ ਲਾ ਦਿੱਤੀ। ਸ੍ਰੀ ਸਤਗੁਰੂ ਜੀ ਊਠ ਦੇ ਲਾਗੇ ਜਾ ਕੇ ਊਠ ਦੀ ਬੰਨ ਤੇ ਹੱਥ ਪਾ ਘੋੜੀ ਛੱਡ ਊਠ ਦੀ ਪਿੱਠ ਤੇ ਬਹਿ ਗਏ ਤੇ ਕਾਬੂ ਕਰ ਲਿਆ। ਸੇਵਾਦਾਰਾ ਨਮਸਕਾਰਾ ਕੀਤੀਆ ਨਾਲੇ ਸ਼ੁਕਰ ਕੀਤਾ। ਇੱਕ ਸਮੇਂ ਨਿਰਮਲੇ ਸਾਧਨਾ ਦਾ ਅਖਾੜਾ ਆਇਆ। ਘੋੜੇ ਊਠ ਗੱਡੀਆਂ ਨਰਸੰਗੇ ਵਜਾਉਂਦੇ ਜੈ ਮਾਤਾ ਜੀਉਣ ਕੌਰ ਜੀ ਜੈ ਗੁਰੂ ਹਰੀ ਸਿੰਘ ਜੀ ਕਰਦੇ ਆ ਗਏ ਮਾਤਾ ਜੀ ਪਸ਼ੂ ਲਈ ਪੱਠੇ ਦਾਣੇ ਦਾ ਪ੍ਰਬੰਧ ਕਰਵਾ ਦਿੱਤਾ ਜਿਸ ਸਾਧੂ ਨੂੰ ਮਨ ਭਾਉਂਦੇ ਭੋਜਨ ਚਗਾਏ ਉਹਨਾਂ ਵਿੱਚ ਇੱਕ ਸਾਧੂ ਗਤ ਕੇ ਬਾਦ ਸੀ ਉਸ ਅਖਾੜਾ ਬਣਿਆ ਤੇ ਆਖਿਆ ਮੈਂ ਸਾਹਿਬ ਜਾਦਿਆਂ ਦਾ ਹੱਥ ਵੇਖਣਾ ਚਾਹੁੰਦਾ ਹਾਂ ਸਾਗੁਰ ਜੀ ਗੁਰੂ ਹਰੀ ਸਿੰਘ ਜੀ ਨੂੰ ਨਮਸਕਾਰ ਕਰਕੇ ਅਖਾੜੇ ਵਿੱਚ ਆ ਗਏ ਤੇ ਸੋਟੀਆਂ ਹੱਥਾਂ ਵਿੱਚ ਲਈਆਂ ਸਾਧੂ ਲੱਗਾ ਪੈੰਤੜਾ ਬੰਨਣ ਸਾਰਗੁਰਜੀ ਤੀਰਸ ਦੇ ਨਾਲ ਉਸ ਦੀ ਵਾਰ ਰੋਕੇ ਅਤੇ ਮੌਕਾ ਤਾੜ ਕੇ ਸੱਜੀ ਅਰਕ ਤੇ ਚੋਟ ਲਾਈ ਚੋਟ ਵੱਜਦਿਆਂ ਸਾਧੂ ਦੇ ਹੱਥੋਂ ਸੋਟੀ ਉਹ ਜਾ ਪਈ ਤੇ ਮੁਧੜੇ ਮੂੰਹ ਜਾ ਡਿ ਗਿਆ ਸਾਧੂ ਦਾ ਦਿਲ ਟੁੱਟ ਗਿਆ ਤੇ ਬਾਹ ਨੂੰ ਕੁੱਟਦਾ ਨਪਦਾ ਨਮਸਕਾਰ ਕਰਕੇ ਪਿੱਛੇ हट ਗਿਆ ਮਹਾਂਤ ਨੇ ਚੰਗੀ ਝਾੜ ਪਾਈ ਸ਼੍ਰੀ ਸਾਧਗੁਰੂ ਜੀ ਕਈ ਵਾਰ ਸਾਥੀਆਂ ਦੇ ਨਾਲ ਨਹਿਰ ਤੇ ਵੀ ਜਾਂਦੇ ਸਨ ਤੇ ਨਹਿਰ ਵਿੱਚ ਖੂਬ ਤਾਰੀਆਂ ਲਾਉਂਦੇ ਹੁੰਦੇ ਸਨ ਜਦກະਦੀ ਮਨ ਬਣੀ ਤਾਂ ਨਹਿਰ ਨੂੰ ਪਾਰ ਕਰਦੇ ਨਹਿਰ ਨੂੰ ਨੀਰਾ ਪਾਰ ਹੀ ਨਹੀਂ ਕਰਦੇ ਸਗੋਂ ਸਿੱਦੇ ਤੀਰ ਵਾਂਗੂ ਜਾਂਦੇ ਸਾਧਗੁਰੂ ਜੀ ਤਾਂ ਕੰਡੇ ਦੇ ਹੇਠਲੇ ਪਾਸੇ ਜਾਂਂਤੇ ਉੱਪਰਲੇ ਪਾਸੇ ਜਾਣ ਲੱਗਦੇ ਇੱਕ ਦਿਨ ਬੇੜੀ ਵਿੱਚ ਬੈਠ ਕੇ ਸੈਰ ਹੋ ਰਹੀ ਸੀ ਸ਼੍ਰਿਸ਼ਟੀ ਦੇ ਮਾਲਕ ਬੇੜੀ ਵਿੱਚ ਬੈਠੇ ਸਨ ਆਪਣੀ ਚੋਜਾ ਨੂੰ ਸਤਗੁਰੂ ਆਪੇ ਹੀ ਜਾਣਦਾ ਹੈ ਬੇੜੀ ਵਿੱਚ ਬੈਠੇ ਬੈਠੇ ਬੇੜੀ ਵਿੱਚ ਛੇਕ ਬੈ ਗਿਆ ਤੇ ਬੇੜੀ ਡੁੱਬਣੀ ਸ਼ੁਰੂ ਹੋ ਗਈ ਹੌਲੀ ਹੌਲੀ ਸਭ ਨਾ ਛਾਲਾ ਸਭ ਛਾਲਾ ਮਾਰ ਕੇ ਬੇੜੀ ਵਿੱਚੋਂ ਹੇਠਾ ਉਤਰ ਗਏ ਪਰ ਗੁਰੂ ਜੀ ਨੇ ਬੇੜੀ ਨਾ ਛੱਡੀ ਕਿੰਨਾ ਚਿਰ ਬੇੜੀ ਨਜ਼ਰੀ ਨਹੀਂ ਨਾ ਸਤਗੁਰ ਜੀ ਹੀ ਨਜ਼ਰ ਆਏ ਸਭ ਸੇਵਾਦਾਰਾ ਸੇਵਾਦਾਰ ਪਰੇਸ਼ਾਨ ਸਨ ਪਰ ਉਦੋਂ ਹੀ ਪਤਾ ਲੱਗਾ ਜਰਬੇੜੀ ਨੂੰ ਕੰਡੇ ਲਾਇਆ ਬਾਹਰ ਦਰਸ਼ਨਕਾਰ ਕੇ ਸਾਥੀ ਕੁੱਟਣ ਲੱੱੱਪੜ ਲੱਗ ਪਏ ਸਾਧਗੁਰ ਜੀ ਮੁਸਕੁਰਾਨੇ ਆਖਿਆ ਸਾਡੇ ਵੱਡੇ-ਵਡੇਰੇ ਡੁੱਬਦੇ ਬੇੜਿਆਂ ਨੂੰ ਕੱਢਦੇ ਰਹੇ ਨੇ ਮੈਂ ਜਾਣਿਆ ਕਿ ਸਾਡੀ ਬੇੜੀ ਡੁੱਬ ਨਾ ਜਾਵੇ ਇਸ ਨੂੰ ਬੰਨੇ ਲਾ ਕੇ ਛੱਡਾਂਗੇ ਵੱਡੇਰਿਆਂ ਦੇ ਨਾਮ ਨੂੰ ਲਾਜ ਨਹੀਂ ਲੱਗਣ ਦੇਵਾਂਗੇ ਸਾਧਗੁਰ ਜੀ ਜਲ ਥਲ ਵਿੱਚ ਰਮੇ ਹੋਏ ਸਨ ਸ਼੍ਰੀ ਸਾਰਗੁਪਤਤਾਪ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਾਧ ਸੰਗਤ ਤੇ ਬਹੁਤ ਉਪਕਾਰ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਦਾ ਵੀਰਵਾਸਾ ਕੀਆਂ ਦੇ ਰੂਪ ਵਿੱਚ ਪਾਠਕਾਂ ਦੇ ਸਾਹਮਣੇ ਰੱਖਣ ਦਾ ਯਤਨ ਕਰ ਰਹੇ ਹਾਂ ਸਾਰੇ ਹੀ ਆਕ ਲਈਏ ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ